ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਮਾਤ 11ਵੀਂ ਦੇ ਲਈ ਜੋ ਤੁਹਾਡਾ ਜਨਰਲ ਇੰਗਲਿਸ਼ ਦਾ ਪੇਪਰ ਹੋਏਗਾ ਠੀਕ ਹੈ ਉਸ ਦਿਨ ਨੂੰ ਆਪਾਂ ਤੁਹਾਡੇ ਲਈ ਸੋਲਵ ਕਰਾਂਗੇ ਇਹਨੂੰ ਤੁਸੀਂ ਮਾਡਲ ਟੈਸਟ ਪੇਪਰ ਮੰਨ ਕੇ ਚੱਲੋ ਬੇਟਾ ਕਿਉਂਕਿ ਇਹ ਜ਼ਰੂਰੀ ਨਹੀਂ ਇਹ ਵੀ ਸਾਰੇ ਬੱਚਿਆਂ ਨੂੰ ਪੇਪਰ ਆਏਗਾ ਇਹ ਜਿਹੜੇ ਪੇਪਰ ਹੈਗੇ ਤੁਹਾਡੇ ਅਧਿਆਪਕ ਸਭਾਨ ਦੁਆਰਾ ਬਣਾਇਆ ਜਾਏਗਾ ਤਾਂ ਇਹ ਜ਼ਰੂਰੀ ਹੈ ਵੀ ਸਾਰੇ ਕੁ ਸਕੂਲਾਂ ਦੇ ਵਿੱਚ ਵੱਖਰਾ ਵੱਖਰਾ ਹੋਏਗਾ ਹਾਂ ਇਹਦੇ ਵਿੱਚੋਂ ਕੁਝ ਕੁਐਸਚਨ ਪੁੱਛੇ ਜਾ ਸਕਦੇ ਨੇ ਇੱਕ ਇਸ ਤੋਂ ਤੁਹਾਨੂੰ ਪੇਪਰ ਦਾ ਪੈਟਰਨ ਕਲੀਅਰ ਹੋ ਜਾਏਗਾ ਵੀ ਕਿਹੜੇ ਕਿਹੜੇ ਕੁਐਸਚਨ ਕਿੰਨੇ ਕਿੰਨੇ ਨੰਬਰ ਦੇ ਆਉਣਗੇ ਤਾਂ ਉਪਰ ਸੋਲਵ ਕਰਦੇ ਹਾਂ ਮੈਕਸਿਮਮ ਮਾਰਕਸ ਹੋਣਗੇ 80 ਟਾਈਮ ਤੁਹਾਨੂੰ ਮਿਲੇਗਾ 3 ਘੰਟੇ ਤਾਂ ਇਹ ਪੇਪਰ ਨੂੰ ਹੱਲ ਕਰਨ ਲਈ ਤੁਹਾਨੂੰ 3 ਘੰਟੇ ਦਾ ਸਮਾਂ ਮਿਲੇਗਾ ਵੀ ਤਾਂ ਇਹਦੇ ਵਿੱਚ ਬੇਟਾ ਜਿਹੜਾ ਸੈਕਸ਼ਨ A ਹੈ ਵੀ ਆਪਣਾ ਪਾਰਟ A ਹੈ ਉਹਦੇ ਵਿੱਚ ਤੁਹਾਨੂੰ ਦੋ ਪੈਸੇਜ ਹੋਣੇ ਹੈਗੇ ਪਹਿਲਾ ਪੈਸੇਜ 10 ਨੰਬਰ ਦਾ ਹੋਏਗਾ ਉਹਦੇ ਵਿੱਚ 10 ਕੁਐਸਚਨ ਹੋਣਗੇ ਅਗਲਾ ਜਿਹੜਾ ਪੈਰਾ ਹੈਗਾ ਉਹ 6 ਨੰਬਰ ਦਾ ਹੋਏਗਾ ਜਾਨਕਿ ਦੋ ਪੈਰੇ ਆਪਣੇ ਦੇ ਵਿੱਚ ਹੋਣਗੇ ਤਾਂ ਤੁਸੀਂ ਕੀ ਕਰਨਾ ਜੇ ਤੁਹਾਨੂੰ ਪੇਪਰ 'ਤੇ ਮਿਲੇਗਾ ਸਭ ਤੋਂ ਪਹਿਲਾਂ ਪੈਰੇ ਨੂੰ ਰੀਡ ਕਰਨਾ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾਗਾ ਫਿਰ ਕੁਐਸਚਨਾਂ ਨੂੰ ਧਿਆਨ ਨਾਲ ਪੜ੍ਹਨਾਗਾ ਫਿਰ ਉਹਨੂੰ ਹੱਲ ਕਰਨਾਗਾ ਤਾਂ ਮੈਂ ਪੈਰਾ ਪਹਿਲਾਂ ਧਿਆਨ ਨਾਲ ਪੜ੍ਹਿਆਗਾ ਠੀਕ ਹੈ ਇੱਕ ਤੁਹਾਨੂੰ ਇੱਥੇ ਹੱਲ ਕਰਾ ਦਨਾ ਪਰ ਪੇਪਰ 'ਚ ਤੁਸੀਂ ਪਹਿਲਾਂ ਪੈਰੇ ਨੂੰ ਧਿਆਨ ਨਾਲ ਪੜ੍ਹਨਾਗਾ ਤਾਂ ਜਿਵੇਂ ਦੇਖੋ ਪਹਿਲਾ ਕੁਐਸਚਨ ਆਪਣੇ ਕੋਲ when man oranges his impulses and passions he reels up his ਹਾਂਜੀ मोरल स्टैंडर्ड मॉरल विक्ट्री मॉरल वैल्यू मॉरल फ्रीडम बी ऑप्शन सही आ जाएगी इन द एबसेंस ऑफ मॉरल फ्रीडम मैन बिकम्स स्लेव ऑफ हाँ जी स्ट्रोंोंोंगेस्ट डिजायर्स थर्ड टू बी मॉरली फ्री मैन मस्ट बी एबल टू रिसिस्ट द सी सही आ जाएगी नेक्स्ट देखो फोर्थ है In the Bible, praise is given to man who is physically strong. The stronger man is he who controls his thoughts, speech, and acts by discipline. Sixth, the vicious desires, when indulged in, become crimes. ਨੈਕਸਟ オਬਜੈਕਟਿਵ ਟਾਈਪ ਕੁਐਸਚਨ ਨੇ ਠੀਕ ਹੈ ਅਗਲੇ 5 ਕੁਐਸਚਨ 4 ਕੁਐਸਚਨ ਨੇ ਇਹ ਦੇ ਵੈਨ ਡਸ ਮੈਨ ਯੀਲਡ ਅਪ ਹਿਸ ਮੋਰਲ ਫਰੀडम ਹਾਂਜੀ ਬੇਟਾ ਇਹ ਆਪਣੇ ਕੋਲ ਹੈ 7th ਕੁਐਸਚਨ ਦੇਖੋ ਇਹਦਾ ਪਨਵਾਂਸਰ ਮਿਲ ਜਾਏਗਾ ਫਸਟ ਲਾਈਨ ਦੇ ਵਿੱਚ ਦੇਖੋ ਲੈਟ ਅ ਮੈਨ ਗਿਵ ਦਾ ਰੇਨ ਆਫ ਰੀਨ ਟੂ ਹਿਸ ਇੰਪਲਸ ਪੈਸ਼ਨ ਸੈਲਫ ਕੰਟਰੋਲ ਇਜ਼ ਅ ਰੂਟ ਆਫ ਆਲ ਵਰਚੂ ठीक इत जाएगा नेक्स्ट देखो अपने को है सैवंथ एट क्वेश्चन व्हेन कैन मैन बिकम मॉरली फ्री हाँ जी देखो ही इज कैरीड अलोंग द करंट लाइफ एंड बिकम स्लेव ऑफ हिस् स्ट्रोंग डिजायर फॉर टाइम टू बी मॉरली फ्री टू बी मोर

the primary basis of individual character in the bible ਠੀਕ ਹੈ ਇਹ ਆਪਣੇ ਕੋਲ ਆ ਜਾਏਗਾ ਸੈਪਰੇਟ ਤੱਕ ਇੱਥੇ ਤੱਕ ਆ ਜਾਏਗਾ ਵੀ ਇਹ ਨੂੰ ਸਾਰਾ ਲਿਖਣਾ ਪਏਗਾ ਇਹ 9th ਦਾ ਸੀ ਇਹ 10th when do vices desires fall into insignificance ਹਾਂਜੀ ਇਹ ਆਪਣੇ ਕੋਲ ਦੇਖੋ ਹਾਂਜੀ 9th 10th of the vices ਠੀਕ ਹੈ ਇਹ ਆਪਣੇ ਕੋਲ ਸੈਲਫ ਕੰਟਰੋਲ ਇਹ ਤੱਕ ਆ ਜਾਏਗਾ ਬੇਟਾ ਸਾਰਾ ਠੀਕ ਹੈ ਬਸ ਇਸ ਨੂੰ ਤੁਸੀਂ ਪਹਿਲਾਂ ਧਿਆਨ ਨਾਲ ਪੜ੍ਹਨਾਗੇ ਵੀ ਅਗਰ ਤੁਸੀਂ ਧਿਆਨ ਨਾਲ ਪੜ੍ਹਿਆ ਫਿਰ ਆਪਾਂ ਇਹਨੂੰ ਆਸਾਨੀ ਨਾਲ ਹੱਲ ਕਰ ਪਾਵਾਂਗੇ ਨੈਕਸਟ ਇੱਕ ਪੈਸੇਜ ਹੋ ਰਿਹਾ ਹੈ ਆਪਣੇ ਕੋਲ 6 ਮਾਰਕਸ ਦਾ ਆਏਗਾ 6 ਨੰਬਰ ਦਾ ਤੁਹਾਨੂੰ ਆਏਗਾ ਹਾਈਜੀਨ ਰੈਫਰਸ ਟੂ ਪ੍ਰੈਕਟਿਸਿਸ ਥੈਟ ਲੀਡਸ ਟੂ ਗੁੱਡ ਹੈਲਥ ਥਰੂ ਹਾਂਜੀ ਇਸ ਦਾ ਆਨਸਰ ਦੇਖੋ ਕਿਹੜਾ ਆ ਜਾਏਗਾ ਆਪਣੇ ਕੋਲ A B C ਜਾਂ ਫਿਰ D ਇਹਦਾ ਆਨਸਰ ਆਪਣੇ ਕੋਲ ਆ ਜਾਏਗਾ ਬੇਟਾ A ठीक फर्स्ट करैक्टर है अपने को सैकेंड देखो लाइफ बिल बिकम वर्थलैस लिविंग थ्रो हाँ जी लाइफ विल बिकम वर्थलैस लिविंग थ्रो हाँ जी गैम्बलिंग एंड ड्रिंकिंग प्योर मांड हेल्थी बॉडी रेगुलेटेड लाइफ हाँ जी तो जगह बेटा गैम्बलिंग एंड ड्रिंकिंग वट डज़ द टर्म हैल्थ रैफर टू ਹਾਂਜੀ ਜਿਹੜੀ ਹੈਲਥ ਹੈਗਾ ਇਹਦਾ ਮਤਲਬ ਕੀ ਹੈ ਵੀ ਦੇਖੋ ਇੱਥੇ ਪਹਿਲੇ ਬੈਰ ਹੈ ਹੈਲਥ ਰੈਫਰਸ ਟੂ ਅ ਸਟੇਟ ਆਫ ਸਾਉਂਡ ਮਾਈਂਡ ਐਂਡ ਫਿਜ਼ੀਕਲੀ ਫਿਟ ਬੋਡੀ ਇਹ ਤੱਕ ਕਾ ਸਕਦਾ ਆਪਣੇ ਕੋਲੇ ਥਰਡ ਦਾ ਆਨਸਰ ਹੈਗਾ ਫੋਰਥ ਦੇਖੋ ਕੈਨ ਅ ਹੈਲਥੀ ਵਟ ਅਨ ਹੈਲਥੀ ਮੈਨ ਇੰਜੋਏ ਲਾਈਫ ਦੇਖੋ ਆਪਣੇ ਕੋਲ ਆ ਜਾਏਗਾ ਅਨ ਹੈਲਥੀ ਮੈਨ may be intelligence merit and wealth but he cannot put them to use and reap their benefits ye apne ko fourth the answer a jayega fifth dekho fill in the blank with a suitable word from the passage the selection in army services is made purely on haan ji jehdi army de vich selection hai beta oh kis base te hundi hai bhi kis base te hundi hai ki physical fitness te ਠੀਕ ਹੈ ਫਿਜ਼ੀਕਲੀ ਫਿਟ ਬਾਡੀ ਜਾਂ ਫਿਜ਼ੀਕਲ ਫਿਟਨੈਸ ਮੈਚ ਦਾ ਵਰਡ ਅੰਡਰ ਕਾਲਮ A ਵਿਦ ਇਅਰ ਅਨਟੋਨੀਮ ਅੰਡਰ B ਫਰੈਸ਼ ਫਰੈਸ਼ ਦਾ ਮਤਲਬ ਤਾਜ਼ਾ ਸਟੇਲ ਕੀ ਹੁੰਦਾ ਬਾਸੀ ਪ੍ਰੀਜ਼ਰਵ ਬਚਾ ਕੇ ਰੱਖਣਾ ਠੀਕ ਹੈ ਡਿਸਟਰੋਏ ਤਬਾਹ ਕਰ ਦੇਣਾ ਠੀਕ ਵੀ ਇਸ ਤੋਂ ਬਾਅਦ ਸੈਕਸ਼ਨ B ਹੈ ਬੇਟਾ ਆਪਣੇ ਕੋਲ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਇਹ ਆਪਣੇ ਕੋਲ 26 ਮਾਰਕਸ ਦਾ ਪਾਰਟ ਹੈ ਵੀ ਇਦੇ ਵਿੱਚ ਦੇਖੋ ਜਿਵੇਂ ਪਹਿਲਾ ਹੈ ਯੂ ਆਰ ਅਰਜਨ ਹੈਡ ਬॉय ਆਫ ਅਜੰਪਸ਼ਨਸ ਕਨਵੈਂਟ ਸਕੂਲ ਅਬੋਹਰ ਯੂ ਫਾਊਂਡ ਅ ਟਿਫਨ ਬਾਕਸ ਇਨ ਦਾ ਪਲੇਗਰਾਉਂਡ ਡਰਾਫਟ ਨੋਟਸ ਫੋਰ ਦਾ ਸਕੂਲ ਨੋਟਿਸ ਬੋਰਡ ਪੁੱਟ ਦਾ ਨੋਟਸ ਇਨ ਅ ਬਾਕਸ ਤਾਂ ਦੇਖੋ ਸਭ ਤੋਂ ਪਹਿਲਾਂ ਜੇ ਤੁਸੀਂ ਧਿਆਨ ਨਾਲ ਨੋਟਿਸ ਬਣਾਉਣਾ ਸਿੱਖਿਆ ਹੋਏਗਾ ਆਪਣੇ ਕੋਲ ਜਿਹੜਾ ਆਰਗੇਨਾਈਜੇਸ਼ਨ ਨੇਮ ਹੋ ਕੀ ਹੈ ਵੀ ਆਪਣੇ ਕੋਲ ਹੈ ਅਜੰਪਸ਼ਨਸ ਕਨਵੈਂਟ ਸਕੂਲ ਅਬੋਹਰ ਇਸ ਤੋਂ ਬਾਅਦ ਲੈਫਟ ਸਾਈਡ ਤੇ ਆਪਾਂ ਡੇਟ ਲਿਖਾਂਗੇ ਤਿੱਕੇ ਜਿਹੜੀ ਵੀ ਤੁਹਾਡੇ ਪੇਪਰ ਦੀ ਡੇਟ ਹੋਈ ਮੰਨ ਲਓ ਸਪਟੈਂਬਰ 12 12 2023 ਇਸ ਤੋਂ ਬਾਅਦ ਥਰਡ ਆਪਾਂ ਲਿਖ ਦਿੰਨੇ ਪੁੱਤ ਨੋਟਿਸ ਠੀਕ ਇਸ ਤੋਂ ਬਾਅਦ ਆਪਾਂ ਲਿਖਾਂਗੇ ਵੀ ਟਾਈਟਲ ਸੌਰੀ ਆਪਣੇ ਕੋਲ ਹੈਡਿੰਗ ਕੀ ਹੈਗਾ ਤਾਂ ਤਾਂ ਹੈਡਿੰਗ ਕੀ ਆਪ ਨੂੰ ਫਾਊਂਡ ਕੋਈ ਚੀਜ਼ ਮਿਲੀ ਹੈਗੀ ਹੈ ਨਾ ਤਾਂ ਲਿਖ ਸਕਦੇ ਤੁਸੀਂ ਸਿੰਪਲੀ ਫਾਊਂਡ ਫਾਊਂਡ ਠੀਕ ਹੈ ਜਾਂ ਲਿਖ ਸਕਦੇ ਹਾਂ ਫਾਊਂਡ ਅ ਟਿਫਨ ਕਲੀਅਰ ਹੈ ਇਸ ਤੋਂ ਬਾਅਦ ਆਪਾਂ ਇਹਦੇ ਬਾਰੇ ਜਾਣਕਾਰੀ ਦਵਾਂਗੇ ਠੀਕ ਹੈ ਲਿਖੋਗੇ ਵੀ ਆਈ ਐਮ ਆਈ ਐਮ ਸਟੂਡੈਂਟ ਆਫ ਆਈ ਐਮ ਦਾ ਹੈਡ ਬॉय ਆਫ ਅਜੰਪਸ਼ਨਸ ਕਨਵੈਂਟ ਸਕੂਲ ਆਈ ਫਾਊਂਡ ਅ ਟਿਫਨ ਯੈਸਟਰਡੇ ਇਨ ਦਾ ਪਲੇਗਰਾਉਂਡ ਠੀਕ ਹੈ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਣੇ ਕੋਲ ਆਏਗਾ ਨੋ ਜਿਹਦੇ ਆਪਾਂ ਸਾਈਨ ਕਰਨੇ ਹੈਗੇ ਸਾਈਨ ਆਪਾਂਗੇ ਦੇ ਕਰਨੇ अरुण ਦੇ ਲੈਫਟ ਸਾਈਡ ਤੇ ਆਪਾਂ ਕਰਦੇ ਹੁਣ ਇਹਨਾਂ ਦਾ ਸਿਗਨੇਚਰ ਅਰਜੁਨ ਦੇ ਠੀਕ ਹੈ ਤਾਂ ਸਾਈਨ ਹੋ ਜਾਣਗੇ ਇਸ ਤੋਂ ਬਾਅਦ ਕੈਪੀਟਲ ਦੇ ਵਿੱਚ ਅਰਜੁਨ ਦਾ ਨਾਮ ਲਿਖਾਂਗੇ ਫਿਰ ਉਹਦੀ ਡੈਜਿਗਨੇਸ਼ਨ ਡੈਜਿਗਨੇਸ਼ਨ ਕੀ ਹੈਗਾ ਹੈੱਡ ਬॉय ਠੀਕ ਸਭ ਕੁਝ ਲਿਖਣ ਤੋਂ ਬਾਅਦ ਆਪਾਂ ਇਸ ਨੂੰ ਇੱਕ ਬਾਕਸ ਦੇ ਵਿੱਚ ਬੇਟਾ ਬੰਦ ਕਰਾਂਗੇ ਠੀਕ ਈਜ਼ੀ ਹੈਗਾ ਕੰਮ ਤੁਸੀਂ ਇੱਕ ਵਾਰੀ ਇਹਨੂੰ ਧਿਆਨ ਨਾਲ ਚੈੱਕ ਕਰ ਲਿਓ ਜਿੰਨੇ ਵੀ ਨੋਟਿਸ ਨੇ ਇਸ ਤੋਂ ਬਾਅਦ ਬੇਟਾ ਐਡਵਰਟਾਈਜ਼ਮੈਂਟ ਹੈ ਇੱਕ ਇਹਨਾਂ ਦੋਨਾਂ ਦੇ ਵਿੱਚ ਆਪਸ਼ਨ ਹੋਏਗੀ ਤੁਹਾਨੂੰ ਲੈਟਰ ਹੈਗਾ ਆਪਣੇ ਕੋਲ ਲੈਟਰ ਹੈ ਆਪਣੇ ਕੋਲ ਸ਼ੇਅਰਿੰਗ ਯਰ ਐਕਸਪੀਰੀਅੰਸ অন ਐਜੂਕੇਸ਼ਨਲ ਟੂਰ ਠੀਕ ਹੈ ਜਾਂ ਰਾਈਟ ਆ ਲੈਟਰ ਟੂ ਡਿਪਟੀ ਕਮਿਸ਼ਨਰ ਆਫ ਯਰ ਡਿਸਟ੍ਰਿਕਟ ਕੰਪਲੇਨਿੰਗ ਅਗੇਂਸਟ ਦਾ ਯੂਜ਼ ਆਫ ਲਾਊਡ ਸਪੀਕਰ ਇਨ ਯਰ ਟਾਊਨ ਠੀਕ ਹੈ ਤੁਸੀਂ ਚੈੱਕ ਕਰ ਲਿਓ ਇਸ ਤੋਂ ਬਾਅਦ ਟ੍ਰਾਂਸਲੇਸ਼ਨ ਕਰਦੇ ਹਾਂ ਚਲੋ ਆਪਾਂ ਦਾ ਫਾਦਰ ਇਜ਼ ਆਇਰਨਿੰਗ ਦਾ ਕਲੋਥਸ ਕਿਤਾ ਇਹਦੀ ਪੰਜਾਬੀ ਬਣੇਗੀ ਆਪਣੇ ਕੋਲ ਪਿਤਾ ਜੀ ਕੱਪੜਿਆਂ ਨੂੰ ਇਸਤਰੀ ਕਰ ਰਹੇ ਹਨ ਹੈਜ਼ ਹੀ ਕਾਸਟ ਹਿਸ ਬੋਟ ਕੀ ਉਸਨੇ ਆਪਣੀ ਬੋਟ ਪਾਈ ਕੀ ਉਸਨੇ ਆਪਣੀ ਬੋਟ ਪਾਈ ਥਰਡ ਆਈ ਹੈਵ ਬੀਨ ਰੀਡਿੰਗ ਥਿਸ ਬੁੱਕ ਫॉर ਲਾਸਟ ਮੈਨੀ ਡੇਜ਼ ਮੈਂ ਇਸ ਕਿਤਾਬ ਨੂੰ ਪਿਛਲੇ ਕਈ ਦਿਨਾਂ ਤੋਂ ਪੜ ਰਿਹਾ ਹਾਂ ਨੈਕਸਟ ਪੰਜਾਬੀ ਟੂ ਇੰਗਲਿਸ਼ ਉਸਨੇ ਨਵਾਂ ਸੰਗੀਤ ਨਹੀਂ ਸੁਣਿਆ ਹਾਂਜੀ ਹੀ ਹੈਜ਼ ਨਾਟ ਲਿਸਨਡ ਟੂ ਦਾ ਲੇਟੈਸਟ 뮤직 he has not listened to the latest music pehlwan kushti jit layega haan ji the wrestler will win the fight the wrestler win the fight wrestler will win the fight mainu tang na karo haan ji don't disturb me ठीक नैक्सट आ गया डू इज डायरेक्टेड फिलिंग द ब्लैंक विद सुटेबल डिटर्मिनर हाँ जी ओनेस्टी इज द बेस्ट पॉलिसी हैव यू गॉट एनी मनी अब्रिस्क वॉक इज बेस्ट फॉर हर्ट नैक्सट द रिच शुड हेल्प द पुअर यूज बुक एज अ नाउन एंड बर्ब सब तो पहला आप नाउन बनाइए दिस इज माई बुक ਦਾ ਇਟ ਇਜ਼ ਮਾਈ ਬੁੱਕ ਬਰਬ ਕੀ ਬਣਾਵਾਂਗੇ ਆਈ ਕੈਨ ਬੁੱਕ ਟਿਕਟਸ ਫੋਰ ਅ ਮੂਵੀ ਆਈ ਕੈਨ ਬੁੱਕ ਟਿਕਟਸ ਫੋਰ ਅ ਮੂਵੀ ਹੀ ਐਡਮਿਟਿਡ ਹਿਸ ਫਾਲਟ ਚੇਂਜ ਇਨਟੂ ਪਾਸਟ ਪਰਫੈਕਟ ਹਾਂਜੀ ਪਰਫੈਕਟ ਦੇ ਵਿੱਚ ਕੀ ਲਾ ਦਾਂਗੇ ਆਪਾਂ ਹੈਡ ਲਾ ਦਾਂਗੇ ਹੀ ਹੈਡ ਐਡਮਿਟਿਡ ਹਿਸ ਫਾਲਟ ਬਸ ਨੈਕਸਟ ਦੇਖੋ ही इज़ टू कंपाउंड टू लूज टैंपर ठीक है रिमूव टू रिमूव करना भी टू आप किमें रिमूव कर देने भीता ठीक है टू नमूव करके इतने ला देंगे सो so. तो यह बन जाएगा ही इज अ सो कंपाउंड ठीक हूँ टू लूज टैंपर हूँ इस टू ना करा देखो ही इज अ सो कंपाउंड आप लिखा दैट ਠੀਕ ਹੈ ਦੈਟ ਨੈਕਸਟ ਨੂੰ ਕੱਟ ਕੇ ਲਿਖ ਦਾਂਗੇ ਹੀ ਕੈਨ ਨਾਟ ਲੂਜ਼ ਟੈਂਪਰ ਹੀ ਇਜ਼ ਸੋ ਕੰਪਾਉਂਡ ਦੈਟ ਹੀ ਕੈਨ ਨਾਟ ਲੂਜ਼ ਟੈਂਪਰ ਇਹਨੂੰ ਕੱਟ ਦਾਂਗੇ ਇਥੋਂ ਠੀਕ ਨੈਕਸਟ ਦੇਖੋ ਹੀ ਇਜ਼ ਸੋ ਵੀਕ ਦੈਟ ਹੀ ਕੈਨ ਨਾਟ ਸਿਟ ਸੋ ਨੂੰ ਕੱਟ ਕੇ ਕਿਲਾ ਦਾਂਗੇ 2 ਹੀ ਇਜ਼ ਸੋ ਵੀਕ ਦੈਟ ਕੱਟ ਦਾਂਗੇ ਕਿਰਨ ਨੋਟ ਘਟ ਦਾਂਗੇ 2 ਲਾ ਦਾਂਗੇ ਬਸ ਸ਼ੀ ਇਜ਼ ਟੂ ਵੀਕ ਟੂ ਸਿਟ ਓਕੇ ਚੇਂਜ ਦ ਵੌਇਸ ਹੀ ਇਸ ਸਿੰਗਿੰਗ ਅ Song ਕਿਹੜਾ ਟੈਂਸ ਹੈ ਵੀ ਪ੍ਰੈਜ਼ੈਂਟ ਟੈਂਸ ਹੈ ਤਾਂ ਬਣਾਵਾਂਗੇ ਅ Song ਠੀਕ ਹੈ ਐਦੁਵਰਡ ਇਜ਼ ਐਦੁਵਰਡ ਆਈ ਐਨ ਜੀ ਲੱਗ ਜਾਏਗਾ ਹਟਾਉਣ ਲਈ ਉਹਨੂੰ ਬੀਇੰਗ ਲਾਵਾਂਗੇ ਅ Song ਇਸ ਬੀਇੰਗ ਸਿੰਗ ਦੀ ਥਰਡ ਫਾਰਮ ਸੰਗ ਬਾਈ ਹਿਮ ਅ Song is being sung by him ਠੀਕ ਨੈਕਸਟ ਸੈਕਿੰਡ ਦੇਖੋ I have taken up a new job ਕਿਹੜਾ ਵੀ ਹੈ ਪਰਫੈਕਟ ਹੈ ਪ੍ਰੈਜ਼ੈਂਟ ਪਰਫੈਕਟ ਹੈ ਤਾਂ ਇਹ ਬਣ ਜਾਏਗਾ ਅ ਨਿਊ ਜੌਬ ਹਾਂਜੀ ਹੈਜ਼ ਆਏਗਾ ਹੈਵ ਆਏਗਾ ਹੈਜ਼ ਆਏਗਾ ਨਾਲ ਲਾ ਦਾਂਗੇ ਬੀਨ ਟੇਕਨ ਬਾਈ taken up by me ঠিক আ নিউ জব হ্যাভ বিন টেকেন আপ বাই মি narration sachin said ঠিক এ ইনভার্টেড কমা হটাকে কি লাগাঙ্গে පුত্ত दट লাগাঙ্গে sachin said that i কাচ কনভার্ট হয়ে যাবে bhi hech ঠিক এ i কাচ কনভার্ট হয়ে যাবে hech ਠੀਕ ਹੈ ਡੂ ਦਾ ਕੀ ਬਣ ਜੂਗਾ ਫਿਰ ਹੀ ਨਾਲ ਕੀ ਲੱਗੂਗਾ ਡਸ ਨਾਲ ਨਾਟ ਵਾਂਟ ਟੂ ਪਲੇ ਐਨੀ ਮੋਰ ਇਹ ਬਣ ਜਗਾ ਸਚਿਨ ਸੈਡ ਥੈਟ ਹੀ ਡਸ ਨਾਟ ਵਾਂਟ ਟੂ ਪਲੇ ਐਨੀ ਮੋਰ ਹਾਂਜੀ ਹੀ ਸੈਡ ਟੂ ਮੀ ਵੈਨ ਇਜ਼ ਯੂਰ ਲਾਸਟ ਪੀਪਲ ਉਹਨੇ ਸਾਨੂੰ ਕੀ ਕਰਿਆ ਪੁੱਛਿਆ ਪੁੱਤ ਤਾਂ ਸੈਡ ਟੂ ਦੀ ਜਗ੍ਹਾ ਤੇ ਆਪਾਂ ਕੀ ਲਾ ਦਾਂਗੇ ਆਸਕਡ ਠੀਕ ਹੈ ਹੀ ਆਸਕਡ ਮੀ ਇਨਵਰਟਡ ਕਾਮਿਊਨੋਟਕ ਲਾ ਦਾਂਗੇ ਥੈਟ ਇਹਦੇ ਬਾਅਦ ਵੈਨ ਇਸ ਦਾ ਕੀ ਬਣ ਜਾਊਗਾ ਮਾਈ ਠੀਕ ਹੈ ਲਾਸਟ ਪੇਪਰ ਵਾਸ ਠੀਕ ਹੈ ਪਿੱਛੇ ਕੁਐਸਚਨ ਮਾਰ ਕੇ ਵੀ ਲਾਵਾਂਗੇ ਇਹ ਬਣ ਜਾਏਗਾ ਹੀ ਆਸਕਡ ਮੀ ਦੈਟ ਵੈਨ ਮਾਈ ਲਾਸਟ ਪੇਪਰ ਵਾਸ ਓਕੇ ਚਲੋ ਇਸ ਤੋਂ ਬਾਅਦ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਕਰਦੇ ਆਪਣੇ ਕੋਲ ਅ ਬੁੱਕ ਵਰਕ ਦੇ ਵਿੱਚੋਂ ਨੇ ਵਟ ਡਸ ਅਪਰੋ ਮੀਨ ਹਾਂਜੀ ਅਪਰੋ ਦਾ ਕੀ ਅਰਥ ਸੀ ਬੇਟਾ ਅਪਰ ਦਾ ਅਰਥ ਹੈ ਅਬਰ ਇਨ ਦਾ ਕੇਸ ਆਫ ਅਲਗੂ ਹੂ ਵਾਸ ਚੂਜ਼ਨ ਐਜ਼ ਦਾ ਹੈਡ ਪੰਚ ਹਾਂਜੀ ਕਿਹਨੂੰ ਚੁਣਿਆ ਗਿਆ ਸੀ ਬੇਟਾ ਅਲਗੂ ਨੂੰ ਚੁਣਿਆ ਗਿਆ ਸੀ ਵੀ ਥਰਡ ਦਾ ਗ੍ਰੈਂਡ ਮਦਰ ਰੀਡ ਡੈਸ਼ ਐਟ ਦਾ ਟੈਂਪਲ ਹਾਂਜੀ ਹੋਲੀ ਬੁਕਸ ਕਾਫੀ ਨਾਨ ਵਾਸ ਡੈਸ਼ ਆਫ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਸੈਕਟਰੀ ਜਨਰਲ how many materials are described in the lesson let's not forget the materials five what is calam's first vision freedom the peasant had a good yield of corn tru beta sahi hai the ground water is going down by 60 cm every year ye bilkul sahi hai who wrote the story the model milenier and ye likha hai si beta apne ko oscar wilde ne ਕਾਸਕਰ ਵਿਲਡ ਹੂ ਵਾਸ ਰਾਮਨਾਥ ਰਾਮਨਾਥ ਕੌਣ ਸੀ ਬੇਟਾ ਬਲੇਜ਼ ਜਲਦ ਠੀਕ ਹੁਣ ਇਹਦੇ ਵਿੱਚ ਪੋਇਮ ਦੇ ਵਿੱਚ ਕੁਝ ਤੁਹਾਨੂੰ ਇੱਕ ਸਟੈਂਜ਼ ਆਏਗਾ ਸਟੈਂਜ਼ ਦੇ ਵਿੱਚੋਂ ਕੁਝ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਉਹ ਤੁਸੀਂ ਸੋਲਵ ਕਰਨੇ ਹੋਣਗੇ ਜਿਵੇਂ ਪਹਿਲੀ ਪੋਇਮ ਆਪਣੀ ਕੋਲੇ ਹੈਗੀ ਕਨਫੈਸ਼ਨ ਆਫ ਅ ਬੌਰਨ ਸਪੈਕਟਟਰ ਇਹ ਤੁਸੀਂ ਚੈੱਕ ਕਰ ਲਿਓ ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਸੈਂਟਰਲ ਆਈਡੀਆ ਹੋਏਗਾ ਬੇਟਾ ਜਿਵੇਂ ਆਪਣੇ ਕੋਲ ਉਪਗੁਪਤ ਪੋਇਮ ਦਾ ਸੈਂਟਰਲ ਆਈਡੀਆ ਹੈਗਾ ਠੀਕ ਹੈ ਆਪਾਂ ਕਰ ਲਾਂਦੇ ਆਜੋ ਹਾਂਜੀ ਬੇਟਾ ਤਾਂ ਦੇਖੋ ਥਿਸ ਪੋਇਮ ਹੈਜ਼ ਅ ਹਿਊਮਨ ਅਪੀਲ ਦ ਡਾਂਸਿੰਗ ਗਰਲ ਇਜ਼ ਡਰੰਕ ਵਿਦ ਵਾਈਨ ਆਫ ਹਰ ਯੂਥ ਦ ਅਨਪਲੀਜ਼ੈਂਟ ਫੇਟ ਆਫ ਸੱਚ ਪੀਪਲ ਇਜ਼ ਫੋਟੋਲਡ ਦ ਪੋਇਟ ਬ੍ਰਿੰਗਸ ਆਊਟ ਦ ਨੀਡ ਟੂ ਸੀ ਬਿਯੋਂਡ ਦ ਸ਼ਾਰਟ ਟਰਮ ਬੋਡੀਲੀ ਪਲੇਜ਼ਰਸ ਥਿਸ ਮਾਸਟਰਪੀਸ ਬਾਈ ਟੈਗੋਰ ਸ਼ੋਜ਼ ਦਾ ਇੰਪਰਮਨੈਂਸ ਆਫ ਯੂਥ ਐਂਡ ਫਿਜ਼ੀਕਲੀ ਬਿਊਟੀ ਐਂਡ ਦਾ ਪਰਮਨੈਂਸ ਆਫ ਲਵ ਫॉर ਹਿਊਮੈਨਿਟੀ ਇਹਦੇ ਵਿੱਚ ਤੁਸੀਂ ਦੋ ਕਲਾਈਨਾਂ ਹੋਰ ਐਡ ਕਰ ਸਕਦੇ ਹੋ ਵੀ ਜਿਵੇਂ ਦਿਸ ਪੋਇਮ ਇਜ਼ ਰਿਟਨ ਬਾਈ ਡਾਕਟਰ ਰਵਿੰਦਰਨਾਥ ਟੈਗੋਰ ਇੱਕ ਲਾਈਨ ਇਹ ਦੂਸਰਾ ਦਿਸ ਇਜ਼ ਅ ਵੈਰੀ ਬਿਊਟੀਫੁਲ ਪੋਇਮ ਇਟ ਗਿਵਸ ਅਸ ਅ ਵੈਰੀ ਗੁੱਡ ਮੈਸੇਜ ਤਿੰਨ 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 ਸੌਖੇ ਲਾਈਨਾਂ ਨੇ ਪੋਇਮ ਦੇ ਸਟਾਰਟਿੰਗ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸੈਂਟਰਲ ਆਈਡੀਆ ਆਪਣਾ ਲਿਖ ਸਕਦੇ ਹੋਗੇ ਹਾਂਜੀ ਬੇਟਾ ਇਸ ਤੋਂ ਬਾਅਦ ਤੁਹਾਨੂੰ ਵੀ ਕੁਐਸਚਨਸ ਆਉਣਗੇ ਸੈਕਸ਼ਨ A ਦੇ ਵਿੱਚੋਂ ਦੋ-ਦੋ ਅੰਕਾਂ ਦੇ ਤਿੰਨ ਕੁਐਸਚਨ ਇਹ ਮੈਂ ਤੁਹਾਨੂੰ ਨਹੀਂ ਕਰਵਾਉਂਗਾ ਸਕਰੀਨਸ਼ਾਟ ਲੈ ਲਿਓ ਇਹ ਤੁਸੀਂ ਖੁਦ ਯਾਦ ਕਰ ਲਿਓ ਇਸ ਤੋਂ ਬਾਅਦ ਸੈਕਸ਼ਨ C ਦੇ ਵਿੱਚੋਂ ਉਹਦੇ ਵਿੱਚੋਂ ਵੀ ਦੋ ਕੁਐਸਚਨ ਆਉਣਗੇ ਦੋ-ਦੋ ਨੰਬਰ ਦੇ ਠੀਕ ਇਸ ਤੋਂ ਬਾਅਦ ਵੱਡੇ ਕੁਐਸਚਨ ਆਉਣਗੇ ਤੁਹਾਨੂੰ ਸੈਕਸ਼ਨ A ਦੇ ਵਿੱਚੋਂ ਦੋ ਆਉਣਗੇ ਇੱਕ ਕਰਨਾ ਹੋਏਗਾ ਸੈਕਸ਼ਨ B ਦੇ ਵਿੱਚੋਂ ਦੋ ਆਉਣਗੇ ਇੱਕ ਕਰਨਾ ਹੋਏਗਾ ਇਹਨਾਂ ਦਾ ਵੀ ਸਕਰੀਨਸ਼ਾਟ ਲੈ ਲਿਓ ਇਹ ਥੀਮ ਹੋ ਸਕਦਾ ਹੈ ਜਾਂ ਫਿਰ ਕਰੈਕਟਰ ਸਕੈਚ ਹੋ ਸਕਦਾ ਹੈ ਠੀਕ ਹੈ ਬੇਟਾ ਤਾਂ ਇਹ 11ਵੀਂ ਜਮਾਤ ਦੇ ਲਈ ਇੰਗਲਿਸ਼ ਦਾ ਪੇਪਰ ਸੀ ਤੁਹਾਡਾ